ਹੁਣ 3-4 ਹਫਤੇ ਪਹਿਲਾਂ ਅਸੀਂ ਆਪਣੇ ਚੈਨਲ ਤੇ ਇੱਕ ਵੀਡੀਓ ਪਾਈ ਸੀ PGWP ਦੇ ਰਿਗਾਰਡਿੰਗ ਜਿਹਦੇ ਚ ਕੀ ਡਿਟੇਲਡ ਇਨਫੋਰਮੇਸ਼ਨ ਦਿੱਤੀ ਸੀ PGWP ਹੈ ਕੀ ਹੈ ਕਿਵੇਂ ਤੁਸੀਂ ਉਹਨੂੰ ਅਪਲਾਈ ਕਰਨਾ ਐਂਡ ਕਿਵੇਂ ਹੈ ਵਾਂਸ ਇਨ ਅ ਲਾਈਫਟਾਈਮ ਓਪਰਚ्युनिटी ਹੈ ਕਿਹੜੇ ਫਾਰਮਸ ਚਾਹੀਦੇ ਤੁਹਾਨੂੰ ਐਂਡ ਕਿਹੜੀ ਰਿਕੁਆਇਰਮੈਂਟਸ ਐਂਡ ਕਿਵੇਂ ਤੁਸੀਂ GCK ਅਕਾਊਂਟ 'ਚ ਇਹਨੂੰ ਅਪਲਾਈ ਕਰਨਾ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ 'ਚ ਆਪਾਂ ਇਹ ਡਿਸਕਸ ਕਰਾਂਗੇ ਕਿ ਵਾਂਸ ਯੂ ਹੈਵ ਗਾਟ ਯੋਰ PGWP ਫਿਰ ਤੁਸੀਂ ਕਿਹੜੀਆਂ ਚੀਜ਼ਾਂ ਕਰਨੀਆਂ ਐਂਡ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਸਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਗੁਰਲੀਨ ਨਾਰਿੰਗ ਤੇ ਅੱਜ ਦੀ ਵੀਡੀਓ ਚ ਡਿਸਕਸ ਕਰਾਂਗੇ 5 things that you need to immediately do once you get your PGWP first things first ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਕੋਲ ਇੱਕ SIN ਨੰਬਰ ਹੁੰਦਾ ਜਦ ਤੁਸੀਂ ਇੱਥੇ ਆਨਿਓ ਜਦ ਤੁਸੀਂ ਸਟੱਡੀ ਸਟਾਰਟ ਕਰਦੇ ਹੋ ਉਦੋਂ ਤੁਹਾਨੂੰ ਮਿਲਦਾ ਐਂਡ ਉਹ SIN ਨੰਬਰ ਹੁੰਦਾ ਉਹਦੇ ਤੇ ਇੱਕ ਐਕਸਪਾਇਰੇਸ਼ਨ ਡੇਟ ਹੁੰਦੀ ਐ ਹੁਣ ਜਦ ਤੁਸੀਂ ਆਪਣੇ PGWP ਤੇ ਆ ਜਾਨੇ ਹੋ ਤਾਂ ਇਹ ਜਿਹੜਾ SIN ਨੰਬਰ ਹੁੰਦਾ ਤੁਸੀਂ ਅਪਡੇਟ ਕਰਵਾਉਣਾ ਹੁੰਦਾ ਤੇ ਇਹਦੇ ਲਈ ਕਰਨਾ ਕੀ ਹੈ ਤੁਸੀਂ ਸਰਵਿਸ ਕੈਨੇਡਾ ਤੇ ਆਫਿਸ ਜਾਣਾ ਹੁੰਦਾ ਐਂਡ ਉੱਥੇ ਉਹ ਤੁਹਾਡਾ ਰੀਨਿਊ ਕਰਕੇ ਦੇ ਦਿੰਦੇ ਨੇ SIN ਨੰਬਰ ਹੁਣ ਸੈਕੰਡ ਮੋਸਟ ਇੰਪੋਰਟੈਂਟ ਥਿੰਗ ਆ ਜਾਂਦੀ ਆਪਣੇ ਕੋਲ TRV ਐਪਲੀਕੇਸ਼ਨ ਹੁਣ TRV ਕੀ ਕਰੂਗਾ ਇਹ ਸਟੈਂਪ ਯਾ ਸਟicker ਹੁੰਦਾ ਓਨ ਯੋਰ ਪਾਸਪੋਰਟ ਵਿਚ ਅਲਾਉਜ਼ ਯੂ ਟੂ ਈਜ਼ੀਲੀ ਗੋ ਐਂਡ ਕਮ ਇਨਸਾਈਡ ਕੈਨੇਡਾ ਹੁਣ ਅਗਰ ਤੁਹਾਡੇ ਕੋਲ ਪੀਜੀਡਬਲਿਊਪੀ ਹੈ ਤਾਂ ਤੁਸੀਂ ਇੱਥੇ ਤਾਂ ਆਰਾਮ ਨਾਲ ਰਹਿ ਸਕਦੇ ਹੋ ਐਂਡ ਅਗਰ ਤੁਸੀਂ ਆਪਣੇ ਹੋਮ ਕੰਟਰੀ ਜਾਣਾ ਹੋਵੇ ਤਾਂ ਜਾ ਵੀ ਸਕਦੇ ਹੋ ਬਟ ਹੁੰਦਾ ਕਿ ਵਾਂਸ ਯੂ ਕਮ ਬੈਕ ਦੇ ਡੋਨਟ ਅਲਾਉ ਯੂ ਐਂਟਰੀ ਇਫ ਯੂ ਡੋਨਟ ਹੈਵ ਦਾ ਟੀਆਰਵੀ ਔਨ ਯੋਰ ਪਾਸਪੋਰਟ ਤੁਸੀਂ ਕੀ ਕਰਨਾ ਟੀਆਰਵੀ ਅਪਲਾਈ ਕਰਨਾ ਐਂਡ ਵਾਂਸ ਯੂ ਹੈਵ ਥੈਟ ਯੂ ਕੈਨ ਈਜ਼ੀਲੀ ਗੋ ਇਨ ਐਂਡ ਆਊਟ ਆਫ ਕੈਨੇਡਾ ਹੁਣ ਟੀਆਰਵੀ ਦੀ ਜਿਹੜੀ ਐਪਲੀਕੇਸ਼ਨ ਆ ਉਹ ਵੀ ਕਾਫੀ ਈਜ਼ੀ ਹੈ ਜਿਵੇਂ ਤੁਸੀਂ ਆਪਣਾ ਪੀਜੀਡਬਲਯੂਪੀ ਅਪਲਾਈ ਕੀਤਾ ਸੀ ਜੀਸੀਕੀ ਤੇ ਜਾ ਕੇ ਉਦਾਂ ਹੀ ਤੁਸੀਂ ਆਪਣੀ ਟੀਆਰਵੀ ਐਪਲੀਕੇਸ਼ਨ ਅਪਲਾਈ ਕਰਨੀ ਹੈ ਹੁਣ ਆਪਣੇ ਕੋਲ ਜਿਹੜੀ ਥਰਡ ਮੋਸਟ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਉਹ ਤੁਹਾਡਾ ਆ ਜਾਂਦਾ ਹੈ ਹੈਲਥ ਕਾਰਡ ਅਪਲਾਈ ਕਰਨਾ ਹੁਣ ਜਦ ਤੱਕ ਤਾਂ ਤੁਸੀਂ ਸਟੱਡੀ ਪਰਮਿਟ ਤੇ ਸੀ ਉਦੋਂ ਤੁਸੀਂ ਹੈਲਥ ਇੰਸ਼ੋਰੈਂਸ ਕਰਾਈ ਹੁੰਦੀ ਜਿਵੇਂ ਕਿ ਗਾਰਡਮੀ ਨਾਲ ਜਾਂ ਹੋਰ ਕਿਸੇ ਵੀ ਥਰਡ ਪਾਰਟੀ ਨਾਲ ਜਿਹੜੀ ਤੁਹਾਡੇ ਕਾਲਜ ਫੀ ਦੇ ਵਿੱਚ ਹੀ ਤੁਹਾਡੇ ਕੋਲ ਪੈਸੇ ਲਏ ਜਾਂਦੇ ਸੀ ਐਂਡ ਯੂ ਵਰ ਪ੍ਰੋਵਾਈਡਡ ਥੈਟ ਹੈਲਥ ਇੰਸ਼ੋਰੈਂਸ ਬਟ ਵਾਂਸ ਯੂ ਹੈਵ ਕੰਪਲੀਟਡ ਯੋਰ ਸਟੱਡੀ ਉਹ ਹੈਲਥ ਇੰਸ਼ੋਰੈਂਸ ਦਾ ਮੁੱਕ ਗਈ ਸੋ ਵਾਟ ਯੂ ਨੀਡ ਟੂ ਡੂ ਜਦ ਤੁਸੀਂ ਪੀਜੀ ਡਬਲਯੂਪੀ ਤੁਹਾਡੇ ਕੋਲ ਆ ਜਾਂਦਾ ਤਾਂ ਯੂ ਆਰ ਐਲੀਜੀਬਲ ਫਾਰ ਅ ਹੈਲਥ ਕਾਰਡ ਹੁਣ 온ਟਾਰੀਓ ਦੀ ਪ੍ਰੋਵਿੰਸ ਕੀ ਹੁੰਦਾ ਉਹ ਹੀ ਹੁੰਦਾ which is OHIP Ontario Health Insurance Plan ਤੇ ਜਦ ਤੁਹਾਡੇ ਕੋਲ ਵਰਕ ਪਰਮਿਟ ਆ ਗਿਆ ਤੁਸੀਂ ontario.ca ਦੀ ਵੈਬਸਾਈਟ ਤੇ ਜਾ ਕੇ ਉਹ ਹੀਪਲੀ ਰਜਿਸਟਰ ਕਰਨਾ ਹੈ ਪਹਿਲੇ ਚੈੱਕ ਕਰ ਲਿਓ ਆਪਣੀ ਐਲੀਜੀਬਿਲਟੀ ਐਂਡ ਉਸ ਤੋਂ ਬਾਅਦ ਤੁਸੀਂ ਜਾ ਕੇ ਰਜਿਸਟਰ ਕਰਨਾ ਹੁਣ ਆਲਟਰਨੇਟਿਵਲੀ ਤੁਸੀਂ ਸਰਵਿਸ Ontario ਦੇ ਸੈਂਟਰ ਤੇ ਵੀ ਜਾ ਸਕਦੇ ਹੋ ਐਂਡ ਉੱਥੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਬਟ ਇਟਸ ਬੈਟਰ ਤੁਸੀਂ ਰਜਿਸਟ੍ਰੇਸ਼ਨ ਫਾਰਮ ontorio.ca ਦੀ ਵੈਬਸਾਈਟ ਤੋਂ ਹੀ ਡਾਊਨਲੋਡ ਕਰ ਲਓ ਐਂਡ ਇਟ ਊਡ ਬੀ ਰਾਦਰ ਈਜ਼ੀ ਟੂ ਅਪਲਾਈ ਆਨਲਾਈਨ ਹੁਣ ਚੌਥੀ ਚੀਜ਼ ਕੀੜੀ ਹੈ ਤੁਸੀਂ ਆਪਣੀ ਵੈਸ ਕਰਾਣੀ ਹੈ ਵੈਸ ਕੀ ਹੁੰਦੀ ਹੈ ਵੈਸ ਹੁੰਦੀ ਹੈ ਜੋ ਵੀ ਤੁਸੀਂ ਆਪਣੀ ਇੰਡੀਆ ਤੋਂ ਐਜੂਕੇਸ਼ਨ ਕੀਤੀ ਹੁੰਦੀ ਹੈ ਜਿਵੇਂ ਕਿਸੇ ਨੇ ਬੀਟੈਕ ਕੀਤੀ ਹੈ ਜਾਂ ਕੋਈ ਵੀ ਬੈਚਲਰਸ ਡਿਗਰੀ ਕੀਤੀ ਹੈ ਜਾਂ ਜਿਹੜੀ ਵੀ ਮਾਸਟਰਸ ਡਿਗਰੀ ਕੀਤੀ ਹੈ ਉਹਨੂੰ ਈਵੈਲਿਊਏਟ ਕਰਾਣਾ ਪੈਂਦਾ ਹੈ ਸੋ ਆਈ ਸੁਜੈਸਟ ਕਿ ਤੁਸੀਂ ਰਾਦਰ ਹੁਣੇ ਕਰਾ ਲਓ ਵਾਂਸ ਯੂ ਗੈਟ ਯੋਰ ਪੀਜੀਡਬਲਯੂਪੀ ਕਿਉਂਕਿ ਇਹ 5 ਸਾਲ ਲਈ ਤਾਂ ਵੈਲਿਡ ਹੁੰਦੀ ਹੀ ਹੈ ਐਂਡ ਵਾਂਸ ਯੂ ਹੈਵ ਡਨ ਯੋਰ ਵੈਸ ਆਪਣਾ ਸੀਆਰਐਸ ਸਕੋਰ ਜ਼ਰੂਰ ਕੈਲਕੂਲੇਟ ਕਰਿਓ ਐਂਡ ਉਸ ਸਾਬ ਨਾਲ ਅੱਗੇ ਦੀ ਪਲੈਨਿੰਗ ਸ਼ੁਰੂ ਕਰ ਦਿਓ ਤੇ ਪੰਜਵਾਂ ਇੰਪੋਰਟੈਂਟ ਸਟੈਪ ਕੀ ਹੈ ਆਈ ਊਡ ਸੁਜੈਸਟ ਕਿ ਤੁਸੀਂ ਆਰਸੀਆਈਸੀ ਨਾਲ ਕੰਸਲਟ ਕਰੋ ਕਿ ਤੁਹਾਡਾ ਪੀਆਰ ਦਾ ਪਾਥਵੇ ਕੀ ਹੋਊਗਾ ਐਂਡ ਉਹਦੇ ਤੇ ਵਰਕ ਕਰਨਾ ਸ਼ੁਰੂ ਕਰ ਦਿਓ so that's it from my side a punchy journey that are very necessary once you get your pgwp and i hope you all the best for your future thank you